हाँ जी किसान भीरो, सत श्री अकाल, स्वागत करते हैं तुहाडा राज संधू फार्मिंग दे विच। किसान भीरो, अज पहुंचे पिंड शकरी, तहसील जिला इस पिंड नूं श्री तरन तारण साहब लगता। सो सरियाली तो तकरीबन कोई 4 किलोमीटर की दूरी आ, ते पट्टी शहर तो भी तकरीबन कोई 5 किलोमीटर की दूरी आ पिंड शकरी की। सो जलेवाल पिंड, सराली मंड, ये पिंड बिल्कुल नाल नाल लगते आ। दरगापुर, ठठियां महंता, ये भी बिल्कुल थोड़ी दूरी पर आ। अज इस वीडियो के दोस्तों नाग आप टोटल 5 दिखाने, 4 बैठा तुम इधर देख रहे जी, एक मझ तुम आप लास्ट में दिखा देंगे। पशु सारे सवे सवे आ, तो कि थले मिलक आ, की रेट पड़ता रहने वाला, और पूरी गलबात पूरी डिटेल तुम इस वीडियो के मिलेगी। अज तरीक 10 अक्तूबर आप वीडियो बना रहे हैं। समा कोई मॉर्निंग दोस्तों चाहे दोपहर का कोई 12:30 बजे का समा है। आओ करते हैं गलबात कोमल के नाल, पुछते हैं की डिटेल है अज इन पशुओं की। सब तो पहला कोमल भाई, सत श्री अकाल संधु साहब, होर सुना कि ठीक ठाक जी? बहुत वधिया, ठीक ठाक भीर। हाँ जी, वधिया वधिया, ठीक ठाक जी। ठीक है ठीक है कोमल, वधिया भीर। हाँ जी। अच्छा कोमल, उते आपां नग पाए सी, 5-4 हो गए सी सेलो भी? हाँ जी संधु साहब, हो गए जी। ठीक है जी। हाँ जी, अज तकरीबन फिर अपने कोल 5 पशु आ, जिन्हां दे विचों बैड़ा 4 ने। 4 बैड़ा जी, ते इक मैं आ, ते जाने के सारे ताजे सूए है, जाने के ताजे सूए। हाँ जी ठीक है जी, ठीक है। ते कुछ क नाग तां मैनूं लगदा वी इह 2-4-5 घंटे ਦੀ ਪਹਿਲਾਂ ਹੀ। ਹਾਂਜੀ, ਆ ਥੋੜਾ ਕਿ ਦੇਰੀ ਹੋਈ ਸੀ, 41 ਹੋਈ ਆ ਪਹਿਲੇ ਨੰਬਰ ਤੇ। ਠੀਕ ਹੈ ਜੀ। ਤਾਂ ਦੋਸਤੋ, ਪਸ਼ੂ ਬਿਲਕੁਲ ਤਾਜੇ ਸੱਜਰ ਸੋਏ ਸੁਭਾਏ ਆ। ਸੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੇ ਬਾਕੀ ਵੇਰਵਾ ਕੱਲੇ ਕੱਲੇ ਨਗ ਦਾ ਜਿਹੜਾ ਤੁਹਾਨੂੰ ਮਿਲਦਾ ਜਾਊਗਾ। ਤੇ ਇੱਥੇ ਆਣ ਕੇ ਕਿਸੇ ਵੀਰ ਨੇ ਵੀ ਤਸੱਲੀ ਕਰਨੀ ਆ, ਸੋਏ ਸੁਭਾਏ ਪਸ਼ੂ ਨੂੰ 2 ਟਾਈਮ ਚੋਕੇ ਆਪਣੀ ਤਸੱਲੀ ਆ, ਆਪਣਾ ਹੱਕ ਸਮਝ ਕੇ ਜ਼ਰੂਰ ਕਰ ਲਿਓ, ਠੀਕ ਆ। ਤੇ ਸ਼ੁਰੂਆਤ ਕੋਮਲ ਇੱਥੋਂ ਕਰਦੇ ਆ, ਆਪਣੇ ਕੋਲ ਕ੍ਰੋਸ ਆ ਕੇ ਦੇ ਵਿੱਚ ਇੱਕ ਲਾਲ ਰੰਗ ਦੇ ਵਿੱਚ ਬੈਠ ਖੜੀ ਆ ਸੰਧੂ ਸਾਹਿਬ, ਇਹ ਦੂਜਾ ਸੂਆ ਜੀ ਇਹ? ਹਾਂਜੀ ਹਾਂਜੀ, ਸੂਈ ਨੂੰ 2-2.5 ਘੰਟੇ ਹੋਏ ਇਹਨੂੰ ਅਜੇ। ਠੀਕ ਹੈ। ਹਾਂਜੀ, ਜੇ ਡਿਊ ਰਿਹਾ ਪ੍ਰੋਪਰ ਪੈ ਚੁੱਕੀ ਆ। ਠੀਕ ਹੈ। ਹਾਂ, ਜੇਰ ਦੀ ਵੀਡੀਓ ਮਿਲ ਜੂ, ਜੇਰ ਆਉ ਪਈ ਉਹਨਾਂ। ਠੀਕ ਹੈ। ਹਾਂਜੀ, 2-2.5 ਘੰਟੇ ਹੋ ਗਏ ਸਮਾਂ ਸੂਈ ਨੂੰ। ਹਾਂਜੀ ਹਾਂਜੀ, ਜੇਰ ਜੂਰ ਪੈ ਗਈ ਆ। ਹਾਂਜੀ, ਜੇਰ ਜੂਰ ਪੈ ਗਈ ਆ ਜੀ। ਉਸ ਜੇਰ ਜੂਰ ਪ੍ਰੋਪਰ ਪੈ ਗਈ ਆ। ਤੇ ਸੂਆ ਦੂਜਾ ਹੈ ਜੀ? ਹਾਂਜੀ, ਸੂਆ ਦੂਜਾ। ਆਪਾਂ ਮਗਰ ਕੀ ਬੱਚਾ ਇਹਦੇ? ਹਾਂਜੀ ਬੱਚਾ ਜੀ। ਲਓ ਜੀ ਮਗਰ ਬੱਚਾ, ਠੀਕ ਹੈ ਜੀ, ਆ ਮੇਲ ਕਾਫ ਆ। ਸੋ ਜੇਰ ਜੂਰ ਪੈ ਕੇ ਬਿਲਕੁਲ ਸਾਫ਼ ਹੋ ਗਈ ਆ। ਤੇ ਹਵਾਨਾ ਲੇਵਾ ਤੁਸੀਂ ਆ ਵੇਖੋ, ਠੀਕ ਆ, ਥੋੜੀ ਬਾਤੀ ਚੁਆਈ ਹੋ ਗਈ ਆ। ਸੰਧੂ ਸਾਹਿਬ, 3 ਕਿਲੋ ਚੋਈ ਆ, ਚੁਆਈ ਚੋਈ ਆ, 1 ਨੰਬਰ ਆ ਪੂਰੀ। ਠੀਕ ਆ ਜੀ। ਹਾਂਜੀ, ਕੋਈ ਪੂਰ ਛਟਾ ਨਹੀਂ ਕੋਈ। ਚੰਗੀ ਨਿਕਲੀ ਚੋਈ। ਹਾਂਜੀ, 1 ਨੰਬਰ ਨਿਕਲੀ ਪੂਰੀ। ਠੀਕ ਆ। ਹਾਂਜੀ। ਲੋ ਕਿਸਾਨ ਵੀਰੋ, ਪਹਿਲੇ ਡੰਗ ਦੀ ਕਹਿ ਲੋ, ਚਾਹੇ ਥੋੜੀ ਬਾਤੀ ਚਵਾਈ ਕਹਿ ਲੋ, ਠੀਕ ਆ ਜੀ, ਜੇਰ ਜੂਰ ਪੈਣ ਤੋਂ ਬਾਅਦ ਫਿਰ ਤਾਂ ਵੀ ਥੋੜੀ ਬਾਤੀ ਚਵਾਈ ਕਰਕੇ ਆਪਾਂ ਤਸੱਲੀ ਕੀਤੀ ਹੈ, ਚੋਣ ਜਾਣ 1 ਨੰਬਰ ਆ। ਤੇ ਬਾਕੀ ਕ੍ਰੋਸ ਅੰਗ ਜਾਓ ਵੀਰ, ਖੋਲ ਕੇ ਦਿਖਾ ਦਈਏ। ਸੋ ਕ੍ਰੋਸ ਅੰਗ ਦੇ ਵਿੱਚ ਆ, ਠੀਕ ਆ। ਬਾਕੀ ਸੂਸ ਆਵਾਜ਼ ਆਈ ਥੋੜੀ ਠੱਪੀ ਠੋਪੀ ਜੀ ਆ। ਹਾਂ ਹਾਂਜੀ, ਤੋ ਤਾਂ ਆਰਾਮ ਨਾਲ ਸੰਧੂ ਸਾਹਿਬ 12-13 ਕਿਲੋ ਕਰ ਦੇਣਾ। ਠੀਕ ਆ ਜੀ। ਤਾਂ ਵੀ ਫਿਲਹਾਲ ਬੌਲੇ ਤੇ ਚੱਲ ਰਹੀ ਹੈ, ਠੀਕ ਆ ਜੀ, ਬੌਲੇ ਤੇ ਕੋਈ ਵੀਰ ਚਵਾਈ ਕਰੂਗਾ ਤੇ 2-3 ਦਿਨ ਜਿਹੜਾ ਹੁੰਦਾ, ਠੀਕ ਆ, ਉਸ ਤੋਂ ਬਾਅਦ ਦੁੱਧ ਬਣਨ ਲੱਗ ਪਊਗਾ। ਫਿਲਹਾਲ ਜਿਹੜੀ ਦੋਸਤੋ ਜੇਰ ਪ੍ਰੋਪਰ ਪੈ ਗਈ ਹੈ ਤੇ ਬਿਲਕੁਲ ਸੱਜਰਤਾ ਜੀ, ਹੁਣੇ ਕੁਝ 5-4 ਘੰਟੇ 2-4 ਘੰਟੇ ਪਹਿਲਾਂ ਜਿਹੜੀ ਸੂਈ ਹੈ, ਤੇ ਚਾਰੇ ਥਾਣੇ ਇੱਕ ਵਾਰੀ ਆਪਾਂ ਤੁਹਾਨੂੰ ਥੋੜਾ ਲਾਗੇ ਤੋਂ ਦਿਖਾ ਦਿੰਨੇ ਆ, ਸੱਜੇ ਖੱਬੇ ਬੈਕ ਸਾਈਡ ਤੋਂ ਆ ਕਰੋ ਚੈੱਕ, ਮਿਲਦੀ ਮੁਲਦੀ ਪੂਰੀ ਮਿੱਠੀ ਆ ਵਧੀਆ। ਸੰਧੂ ਸਾਹਿਬ, ਕੋਈ ਗੱਲ ਨਹੀਂ, 1 ਨੰਬਰ ਆ ਪੂਰੀ। ਠੀਕ ਹੈ ਜੀ। ਹਾਂਜੀ, ਬੱਚਾ ਫਿਰ ਅੱਗੇ ਤਾਜ਼ਾ ਤਾਜ਼ਾ ਧਰਿਆ ਨਾ। ਹਾਂਜੀ ਹਾਂਜੀ, ਉਹਦੇ ਕਰਕੇ ਮਾੜਾ ਬੱਚੇ ਦਾ ਫਿਰ ਕਰਦਾ ਪੁੱਛ। ਲਓ ਜੀ, ਠੀਕ ਆ। ਤੇ ਕੋਮਲੇ ਦੀ ਕੀ ਡਿਮਾਂਡ ਕਰਦੇ ਪਏ ਜੀ? ਸੰਧੂ ਸਾਹਿਬ, ਮੁੱਲ ਨਾ ਕਰਨਾ 40 ਤੇ ਨਾ ਕਰਨਾ 35, 32,000 ਦੀ ਦੇ ਦਾਂਗੇ। 32,000 ਦੀ? ਹਾਂਜੀ। ਹੋਰ ਕਰ ਦਈਏ? ਕਰ ਦੋ ਹੋਰ ਵੀ, ਉਹ ਤਾਂ ਹੋਰ ਕਰ ਦਈਏ ਮਾਨ ਤਾਂ। ਸਾਰੇ ਪਾਲੇ ਡਾ ਦੇਣੇ 28,000 ਦੀ ਦੇ ਦਾਂਗੇ। 28,000 ਦੀ? ਹਾਂ ਨਹੀਂ, ਹਾਂਜੀ, ਕੋਈ ਗੱਲ ਨਹੀਂ, ਛੋੜ ਛੱਪਾ ਕਰ ਦਾਂਗੇ ਗੱਲ। ਲਓ ਜੀ, 28,000 ਦੀ ਕਿਸਾਨ ਵੀਰੋ, ਤੇ ਉਹਦੇ ਵਿੱਚੋਂ ਵੀ ਛੋੜ ਛੱਪਾ ਹੋ ਜਾਊਗਾ ਤੇ ਬਿਲਕੁਲ ਭਾਅ ਪੜਤੇ ਦੇ ਵਿੱਚ ਆ, ਜਾਇਜ਼ ਤੋਂ ਜਾਇਜ਼ ਰੇਟ, ਠੀਕ ਆ, ਬਹੁਤ ਵਧੀਆ। ਸੰਧੂ ਸਾਹਿਬ, ਇਹ ਤਾਂ ਜਿਆਦਾ ਟੋਕੜ ਕੱਪੜਾਂ ਦੇ ਮੰਗੀ ਜਾਂਦੇ ਆਪਣੇ ਭੈਣ ਭਰਾ। ਹਾਂਜੀ, ਨਹੀਂ ਫਿਰ ਵੀ ਚਲੋ, ਸੱਜਰ ਤਾਜੀ ਸੂਈ, ਤਾਜੀ ਸੂਈ ਹੈ, ਸਾਰਾ ਸੁਬਾ ਦੁੱਧ ਪੀਣਾ ਦੇਣਾ। ਬਿਲਕੁਲ ਜੀ। ਇਧਰ ਕੋਮਲ, ਇੱਕ ਸੈਕੰਡ ਨੰਬਰ ਤੇ ਆਪਣੇ ਕੋਲ ਡੱਬੀ ਆ ਗਈ ਐ ਚਫ। ਸੰਧੂ ਸਾਹਿਬ, ਇਹ ਦੂਜਾ ਸੂਆ ਹੈ ਜੀ, ਮੂੰਹ 6 ਦਾ ਦਾ ਸਿੱਗੀ ਮੂੰਹ ਆ। ਹਾਂਜੀ, ਠੀਕ ਆ ਜੀ। ਤੇ ਦੁੱਧ 8-9 ਕਿਲੋ ਆਏ ਥਲੇ, ਬਾਕੀ ਸੀ ਉਥਾ ਕੇ ਪੂਰੀ ਆ। ਤਾਂ ਦੱਸੋ, 8-9 ਕਿਲੋ ਦੁੱਧ, ਆ ਕਰੋ ਚੈੱਕ। ਸੰਧੂ ਸਾਹਿਬ, 10-12 ਦਿਨ ਹੋ ਗਏ ਇਹਨੂੰ ਸੂਈ ਨੂੰ। ਬੱਚਾ ਇਹਦੇ ਮਗਰ ਕੀ ਆ ਗਿਆ? ਬੱਚਾ ਜੀ, ਇਹਦੇ ਮਗਰ। ਮਗਰ ਵੀ ਬੱਚਾ? ਲਓ ਜੀ, ਮਗਰ ਬੱਚਾ, ਠੀਕ ਹੈ। 10-12 ਕਿਲੋ ਦੁੱਧ? ਨਹੀਂ ਸੰਧੂ ਸਾਹਿਬ, 8-9 ਕਿਲੋ। 8-9 ਕਿਲੋ? 8-9 ਕਿਲੋ। ਹਾਂਜੀ ਹਾਂਜੀ। ਲਓ ਜੀ, 8-9 ਕਿਲੋ ਦੁੱਧ ਆ, ਠੀਕ ਆ ਜੀ, 8-9 ਕਿਲੋ ਦੁੱਧ, ਮਗਰ ਬੱਚਾ ਹੈ, ਤੇ ਛਿੱਗੀ ਬੈੜ ਆ, ਦੂਜਾ ਸੂਆ ਸੂਈ ਆ। ਬਾਹਰ ਆਪਾਂ ਤੁਹਾਨੂੰ ਤੋੜ ਕੇ ਇੱਕ ਵਾਰੀ ਦਿਖਾ ਦਿੰਦੇ ਆ, ਠੀਕ ਆ।
ਲਓ ਜੀ। ਸੰਧੂ ਸਾਹਿਬ ਇਹਨਾਂ ਚੁੰਗ ਚੁੰਗ ਪੂਰੀ ਆ ਬੱਚੀ, ਚੁੰਗ ਚੁੰਗ ਸੰਧੂ ਸਾਹਿਬ ਪੂਰੀ ਆ, ਦੁੱਧ ਕਰ ਦਿਓ ਕਿ ਥੋੜੇ ਕਿ ਦਿਨਾਂ ਵੰਡ ਵੁੰਡ ਤੋਂ ਬਗੈਰ ਹੀ ਆਈ ਆ, ਪੱਠਿਆਂ ਤੋਂ ਹੀ ਆਈ ਆ। ਠੀਕ ਹੈ, ਹਾਂਜੀ ਹਾਂਜੀ। ਮਤਲਬ ਕਿਸਾਨ ਵੀਰੋ, ਪਹਿਲਾਂ ਵੀ ਆਪਾਂ ਕਾਫੀ ਵਾਰੀ ਜ਼ਿਕਰ ਕਰਦੇ ਰਹਿੰਦੇ ਆ ਵੀ ਤਕਰੀਬਨ ਵਪਾਰ ਦਾ ਕੰਮ ਆ ਦੇ ਵਿੱਚ ਕਈ ਵਾਰ ਪਸ਼ੂ ਅੱਜ ਭਲਕੇ ਇੱਕ ਦੋ ਦਿਨ ਹੀ ਹੋਏ ਹੁੰਦੇ ਆ ਸਮਾਂ, ਠੀਕ ਹੈ ਜੀ, ਆਏ ਨੂੰ ਫਾਰਮ ਤੇ, ਠੀਕ ਹੈ ਜੀ। ਤੇ ਤਕਰੀਬਨ ਰੀਜਨਲ ਕੋਈ ਹਫਤਾ 6 ਦਿਨ ਆਪਾਂ ਪੂਰੀ ਤਸੱਲੀ ਨਾਲ ਸੇਵਾ ਕਰਾਂਗੇ, ਦੁੱਧੋਂ ਤੁਰੂਗੀ। ਬੱਚਾ ਤਾਂ ਦਿਖਾ ਦਈਏ ਕੋਮਲ, ਕਿਹੜਾ ਇਹੋ ਹੀ ਆ ਸੰਧੂ ਸਾਹਿਬ? ਨਹੀਂ ਆਓ, ਚਿੱਟਾ ਬੱਚਾ ਹੈ, ਲਓ ਜੀ ਆਹ ਬੱਚਾ ਜੀ, ਠੀਕ ਆ, ਠੀਕ ਹੈ ਜੀ। ਤੇ 8 ਕਿਲੋ ਦੁੱਧ ਦਾ ਕੋਮਲੇ ਇਸ ਫੈਟ ਤੇ, ਹਾਂਜੀ, ਇਹ ਦੇ ਦਾਂਗੇ ਕਿੰਨੇ ਦੀ ਆਪਾਂ? ਸੰਧੂ ਸਾਹਿਬ ਮੋਲੇ ਦਾ ਕੋਈ 40 ਨਹੀਂ ਤੇ 40 ਦੇ 2 ਛੱਡ ਦਾਂਗੇ, 38 ਦੀ ਦੇ ਦਾਂ, 38 ਦੀ, ਹਾਂਜੀ, ਯਾਰ ਉਹ ਛੱਡ ਦਾਂਗੇ 37 ਦੀ ਦੇ ਦਾਂਗੇ। ਅੱਛਾ, ਹਾਂਜੀ,8 ਕਿਲੋ ਦੁੱਧ 37,000 ਦੀ ਮਿਲ ਜੂਗੀ, ਠੀਕ ਆ ਜੀ। ਬਾਕੀ ਰੰਗ ਰੁੰਗ ਬਹੁਤ ਵਧੀਆ, ਰੰਗ ਬਾਜ਼ਾ ਕਰਕੇ 90 ਬੈਡ ਐਚ ਐਫ ਬਰੀਡ ਦੇ ਵਿੱਚ। ਤੇ ਇਸ ਤੋਂ ਬਾਅਦ ਕੋਮਲ ਸਾਹਿਬ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਸੰਧੂ ਸਾਹਿਬ ਤੀਜਾ ਹੀ ਨੰਬਰ ਤੇ 3 ਕੁ ਦੇਣੀ ਸੂਈ ਨਹੀਂ ਹੋਏ ਆ। ਅੱਛਾ ਜੀ, 10 ਕਿਲੋ ਬੋਲਾ ਵਾਲੇ ਹਲੇ ਤਿਆਰ ਆ, ਠੀਕ ਆ, ਹਾਂਜੀ, ਕੋਈ 4 ਡੰਗ ਚੋਲੇ, ਕੋਈ 5 ਡੰਗ ਚੋਲੇ, ਬਾਕੀ ਸੀਲ ਸਲਾਕ ਬਹੁਤ ਹੀ ਆ ਰਹੀ ਹੈ। ਲਓ ਜੀ, ਤੇ ਚਵਾਈ ਸੰਧੂ ਸਾਹਿਬ 1 ਨੰਬਰ ਲੱਗੀਆਂ, 3 ਹੀ ਡੰਗ ਹੋਏ, ਤੀਜਾ ਸੂਆ, ਹਾਂਜੀ, ਤੀਜਾ ਸੂਆ ਹੋਊ, ਠੀਕ ਆ, ਹਾਂਜੀ, ਮਗਰ ਦੇ ਬੱਚੀ ਆ ਗਈ, ਨਹੀਂ ਬੱਚਾ ਜੀ, ਮਗਰ ਵੀ ਬੱਚਾ, ਹਾਂਜੀ, ਲਓ ਵੀ ਦੋਸਤੋ ਚਵਾਈ ਦੇ ਸੰਧੂ ਸਾਹਿਬ ਬਟਰ ਨਹੀਂ ਛੱਡਣ ਵਾਲਾ ਕੰਮ ਆ। ਅੱਛਾ, ਹਾਂਜੀ, ਬੋਲਾ ਕਿੰਨਾ ਕੁ ਫਿਰ ਹੈ ਸੰਧੂ ਸਾਹਿਬ? 10 ਕਿਲੋ ਆ, 10 ਕਿਲੋ, ਬਾਕੀ ਥਣ ਥੋਣੀ ਦੱਸ ਰਿਹਾ ਥਣ ਪੂਰਾ ਦੀ, ਬਹੁਤ ਸੰਧੂ ਸਾਹਿਬ ਕੁਆਲਿਟੀ ਵਾਲਾ ਲੱਗਾ, ਥਣ ਥਣ ਬਹੁਤ ਜ਼ਿਆਦਾ ਲੱਗਾ, ਨੋਕ ਵਾਲਾ ਥਣ ਆ, ਹਾਂ ਪੂਰਾ, ਤੇ ਬਾਕੀ ਲੰਬੇ ਆ ਪੂਰੇ ਥਣ, ਠੀਕ ਆ ਜੀ, ਹਾਂ ਪੂਰਾ ਨੋਕ ਵਾਲਾ ਥਣ ਲੱਗਾ, ਰੁਕ ਤੋਂ ਵੀ ਬਾਹਰ ਹੀ ਆਉਂਦਾ, ਆ ਕਰੋ ਚੈੱਕ। ਤੋਂ 10 ਕਿਲੋ ਬੋਲਾ ਇਸ ਵਕਤ ਦੇ ਤੇਲੇ ਹਾਜ਼ਰ ਆ, ਦੁੱਧ ਸੰਧੂ ਸਾਹਿਬ ਆਰਾਮ ਨਾਲ 13-14 ਕਿਲੋ ਕਰ ਦੇਣਾ ਇਹਨੇ ਵੀ, ਠੀਕ ਆ ਜੀ, ਹਾਂਜੀ ਹਾਂਜੀ, ਕੱਦ ਵੱਡਾ ਹੈ, ਵੱਡੇ ਕੱਦ ਕਾ ਖੜੀ, ਵੱਡਾ ਕੱਦ ਆ, ਠੀਕ ਆ, ਵੱਡੇ ਕੱਦ ਵਿੱਚ ਆ, ਤੇ ਕ੍ਰੌਸ ਅੰਗ ਦੇ ਵਿੱਚ ਆ, ਠੀਕ ਆ, ਸੂਆ ਤੀਜਾ 3 ਦਿਨਾਂ ਦੀ ਸੂਈ ਆ, ਮਗਰ ਬੱਚਾ 10 ਕਿਲੋ ਬੋਲਾ, ਠੀਕ ਆ। ਸੋ ਇਹ ਡਿਟੇਲ ਆ ਦੋਸਤੋ ਇਸ ਵੈਟ ਦੀ, ਕੱਦ ਇੱਕ ਵਾਰੀ ਫਿਰ ਆਪਾਂ ਤੁਹਾਨੂੰ ਰਿਪੀਟ ਕਰ ਦਿੰਦੇ ਆ, ਵੇਲ ਬੋਲ ਚੰਗੀ ਆ ਤੇ ਵੱਡੀਆਂ ਵੈੜਾਂ ਦੇ ਵਿੱਚ ਕੋਈ ਵੀਰਨ ਦੀ ਗਿਣਤੀ ਕਰਕੇ ਸੌਦਾ ਤੁਸੀਂ ਕਰ ਸਕਦੇ ਜੀ। ਤਾਂ ਸਤਨਾਮ ਬਾਈ ਥੋੜਾ ਤੁਰਦੇ ਲੰਮਾ ਆ, ਬਾਕੀ ਸੰਧੂ ਸਾਹਿਬ ਕੋਈ ਵੰਗੇ ਦੀ ਲੋੜ ਨਹੀਂ ਆ, ਜਿੱਦਾਂ ਮਰਜ਼ੀ ਕੋਈ ਚੋਵੇ, ਪੈਰ ਵੀ ਨਹੀਂ ਚੁੱਕ ਕੇ ਗਾਂ ਕਰਦੀ ਹੈ, ਕਰਾਂਗੇ ਕੀ, ਉਹੋ ਜਿਹਾ ਕੰਮ ਨਹੀਂ ਹੁੰਦਾ, ਸ਼ਰੀਫੀਆਂ ਸ਼ਰੂਫੀਆਂ ਬਹੁਤ ਆ, ਬਹੁਤ ਜ਼ਿਆਦਾ ਸ਼ਰੀਫ ਆ, ਹਾਂਜੀ, ਤੇ ਆਹ ਬੱਚਾ ਇਹਦਾ, ਠੀਕ ਆ ਜੀ, ਤੇ ਨਾੜੂ ਨਾਲ ਹੀ ਹੈ ਜੀ, ਠੀਕ ਆ ਜੀ। ਉਹ ਦੋਸਤੋ ਬਿਲਕੁਲ ਸੀਲ ਸਾਊ ਤੇ ਸ਼ਰੀਫੀਆਂ ਬਹੁਤ ਆ, ਬੈਡ ਦੇ ਵਿੱਚ ਕੋਈ ਵੀਰ ਵੰਗਾ ਰਸਤੀ ਪਾਉਣੀ ਹੈ, ਆਹ ਨਾੜੂ ਨਾਲ ਹੀ ਹੈ, ਨਹੀਂ ਤੇ ਲੋੜ ਹੀ ਨਹੀਂ, ਠੀਕ ਆ, ਨਿਗਾਹ ਨਾਲ ਨਾੜੂ ਬੱਚੇ ਦੇ ਨਾਲ ਆ, ਡੱਬਾ ਬੱਚਾ ਨੀਲ ਕਾਫ ਇਸ ਬੈਡ ਦੇ ਮਗਰ। ਅੱਛਾ ਕੋਮਲ, ਇਹ ਦੇਵਾਂਗੇ ਕਿੰਨੇ ਵੀ ਆਪਾਂ ਵੀਰ ਜੀ? ਸੰਧੂ ਸਾਹਿਬ ਨਾ ਕਰਨਾ 40, ਹਾਂਜੀ, ਤੇ ਨਾ ਕਰਨਾ 35, ਹਾਂ 35 ਦੇ 2 ਛੱਡ ਦਾਂਗੇ, 33 ਦੀ ਦੇ ਦਾਂਗੇ, 33,000 ਦੀ, ਹਾਂਜੀ, ਮੇਲਾ ਲੁੱਟਣ ਵਾਲਾ ਕੰਮ ਹੀ ਬਣ, ਉੱਡਣ ਵਾਲਾ ਹੀ ਕੰਮ ਕਰ ਦੇਣਾ ਸੰਧੂ ਸਾਹਿਬ, ਲਓ ਜੀ, ਦਿੰਦਾ ਨਹੀਂ ਕੋਈ, ਪਰ ਬਿਲਕੁਲ ਆਪਾਂ ਨੂੰ ਭਾਣਾ ਮਿਲੀ ਤਾਂ ਆਪਾਂ ਭਾਣਾ ਹੀ ਦੇ ਦੇਣੀ ਆ, ਬਿਲਕੁਲ ਬਿਲਕੁਲ, ਲਓ 33,000 ਦੀ ਕਿਸਾਨ ਵੀਰੋ ਇਹ ਮਿਲ ਜੂਗੀ ਤੁਹਾਨੂੰ, ਠੀਕ ਆ, ਤੇ 10 ਕਿਲੋ ਬੋਲਾ, ਬਾਕੀ ਦੁੱਧ ਚੰਗਾ ਚਵਾਈ ਜਾਊਗੀ ਅੱਗੇ ਕਿਸੇ ਚੰਗੇ ਭਰਾ ਦੀ ਸੇਵਾ ਰਹੀ। ਤੇ ਫਿਲਹਾਲ ਇਸ ਵਕਤ ਬੋਲਾ ਹੈ, ਤੇ ਬੋਲੇ ਤੇ ਤੁਸੀਂ ਕੋਈ ਵੀਰ ਸੌਦਾ ਕਰ ਸਕਦੇ ਜੀ, ਜਿੱਦਾਂ ਕਿ ਤੁਹਾਨੂੰ ਦੱਸਿਆ ਸੰਧੂ ਸਾਹਿਬ, ਬੋਲਾ ਕਿਹਾ ਤੇ ਬੋਲਾ ਬਣਾ ਕੇ ਦੇਵਾਂਗੇ, ਇਹ ਨਹੀਂ ਵੀ ਦੁੱਧ ਬਣੀ ਜਾਊਗਾ, ਤਾਂ ਬਿਲਕੁਲ ਜੀ ਬਿਲਕੁਲ, ਹਾਂਜੀ ਹਾਂਜੀ, ਬੋਲੇ ਤੇ ਕਿਹਾ ਤੇ ਕੋਮਲਾਂ ਦਾ ਬੋਲਾ ਬਣਾ ਕੇ ਖਵਾ ਕੇ ਘੱਲਾਂਗੇ। ਤੇ ਓਕੇ ਕੋਮਲ, ਅੱਗੇ ਆਪਣੇ ਕੋਲ 4 ਨੰਬਰ ਤੇ ਇਧਰ ਜਿਹੜੀ ਆਹ ਵੈੜ ਆ ਗਈ ਵੀਰ, ਸੰਧੂ ਸਾਹਿਬ ਇਹਨੂੰ ਦੇਣ ਹੋਗੇ 10 ਦਿਨ ਹੋ ਗਏ ਸੂਈ ਨੂੰ, 10 ਕੁ ਦਿਨ ਦਾ ਸਮਾਂ ਹੋ ਗਿਆ, ਦੂਜਾ ਸੂਆ, ਹਾਂਜੀ, ਤੇ 20 ਕਿਲੋ ਦੁੱਧ ਦੇ ਹਲੇ ਤਿਆਰ ਆ, ਠੀਕ ਆ ਜੀ, ਹਾਂਜੀ, ਸੂਆ ਦੂਜਾ ਹੀ ਹੈ, ਤੂੰ ਸੂਆ ਸੰਧੂ ਸਾਹਿਬ ਦੂਜਾ, ਲਓ ਜੀ, ਲਓ ਜੀ ਸੂਆ ਦੂਜਾ ਤੇ 20 ਕਿਲੋ ਹਾਜ਼ਰ, ਜਿਹੜਾ 20 ਕਿਲੋ ਸੰਧੂ ਸਾਹਿਬ ਤਿਆਰ ਆ, ਕੋਈ 4 ਡੰਗ ਚੋਏ, ਕੋਈ 5 ਡੰਗ ਚੋਏ, ਤਸੱਲੀ ਕਰਕੇ ਖੜੇ ਇੱਥੇ, ਠੀਕ ਹੈ ਜੀ, ਹਾਂਜੀ, ਲਓ ਦੋਸਤੋ 10 ਦਿਨਾਂ ਦੀ ਸੂਈ ਆ, ਮਗਰ ਬੱਚਾ ਇਹਦੇ, ਸੰਧੂ ਸਾਹਿਬ ਬੱਚਾ ਇਹਦੇ ਮਗਰ ਵੀ, ਮਗਰ ਬੱਚਾ, ਹਾਂਜੀ, ਹੁਣ ਪੁੱਛਣ ਦੀ ਲੋੜ ਨਹੀਂ, ਹੁਣ ਤਾਂ ਜਿੰਦ ਬੱਚੇ ਹੋਣਾ, ਨਹੀਂ ਬੱਚੇ ਹੀ ਸੰਧੂ ਸਾਹਿਬ, ਠੀਕ ਆ ਜੀ, ਹਾਂਜੀ ਹਾਂਜੀ, ਲਓ ਜੀ ਬੱਚਾ, ਮੈਂ ਕਿਸੇ ਕੋਲ ਚਲਾ ਗਿਆ, ਪੂਰੀ ਕੋਈ ਗੱਲਬਾਤ ਨਹੀਂ, 20 ਕਿਲੋ ਇਸ ਵਕਤ ਜਿਹੜਾ ਹੁਣ ਦੁੱਧ ਦੋਸਤੋ ਇਹ ਚਵਾ ਰਹੀ ਆ, ਤੇ ਸੂਆ ਦੂਜਾ 10 ਕੁ ਦਿਨਾਂ ਦੀ ਲਗਭਗ ਸੂਈ ਆ। ਬਾਕੀ ਥਾਣ ਥੋਂ ਨਖੇੜ ਦੇ ਵਿੱਚ, ਠੀਕ ਹੈ ਜੀ, ਚਾਰੇ ਥਾਣਾਂ ਦੀ ਗੱਲ ਕਰੀਏ, ਸੋ ਚਾਰੇ ਥਾਣਾ ਆਪਸੀ ਨਖੇੜ ਦੇ ਵਿੱਚ ਆ, ਕੋਈ ਵੀਰ ਅਗਲੇ ਨਾਗਲਾ ਤੇ ਪਿੰਡ ਨਾਲ ਪਿੰਡਾ ਚਵਾਈ ਕਰਦੇ, ਠੀਕ ਆ, ਤੇ 20 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ। ਚੋਣ ਚਾਰ ਵੀ ਕੋਮਲ ਦੱਸ ਰਿਹਾ, ਬਿਲਕੁਲ ਸੰਧੂ ਸਾਹਿਬ 1 ਨੰਬਰ ਆ, ਮੋਗਾ ਚਵਾਈ ਲੱਗੀ ਐ ਪੂਰੀ, ਠੀਕ ਹੈ ਜੀ, ਹਾਂਜੀ, ਜਾਓ ਬਾਈ ਸਤਨਾਮ ਕੱਢ ਕੇ ਤੋਰ ਦਈਏ ਤੁਸੀਂ ਬਾਹਰ। ਤੋ ਦੋਸਤੋ ਪਲੀ ਸਭੀ ਚੰਗੀ ਆ, ਬਾਕੀ ਤੁਸੀਂ ਵੇਖੋ ਵਜਨ ਵਜੂਦ ਪੂਰਾ ਨਿੱਗਰ ਆ ਪੂਰੀ ਪਿੰਡੇ ਪੁੰਡੇ ਦੀ।
ਹਵਾਨਾ ਵੀ ਤੁਸੀਂ ਵੇਖ ਕੇ ਇੱਕ ਜਜਮੈਂਟ ਇੱਕ ਆਈਡੀਆ ਲਾ ਲਓਗੇ ਠੀਕ ਆ ਜੀ। 20 ਕਿਲੋ ਇਹਦੇ ਥੱਲੇ ਇਸ ਵਕਤ ਦੁੱਧ ਹਾਜ਼ਰ ਬਾਕੀ ਚੋਣ ਜਾਣ ਦੀ ਪੂਰੀ ਤਸੱਲੀ ਆ ਠੀਕ ਆ ਜੀ ਉਹ ਤੁਹਾਨੂੰ ਦੱਸ ਹੀ ਦਿੱਤਾ ਵੀਡੀਓ ਦੇ ਵਿੱਚ। ਸੰਧੂ ਸਾਹਿਬ ਆਪਾਂ ਚੋਈ ਆ ਪੂਰੀ ਇੱਕ ਨੰਬਰ ਚਵਾਈ ਲੱਗੀ ਆ ਜਿਹਨੇ ਭੈਣ ਭਰਾ ਨੇ ਮਾਲ ਲੈਣਾ ਉਹਦੀ ਦੋ ਡੰਗ ਚਾਰ ਡੰਗ ਚੋਵੇ ਚੋਣ ਵੱਲੋਂ ਖੁੱਲੇ ਖਾਤੇ ਆਪਣੇ ਵੱਲੋਂ ਠੀਕ ਆ ਜੀ। ਹਾਂਜੀ ਲਓ ਜੀ ਲਓ ਵੀ ਭਰਾਵੋ ਬਾਕੀ ਮੇਰੇ ਵੀਰਾਂ ਸਾਰਿਆਂ ਨੂੰ ਬੇਨਤੀ ਹੁੰਦੀ ਆ ਵੀ ਇੱਥੇ ਆਪਣਾ ਸਮਾਂ ਜ਼ਰੂਰ ਕੱਢ ਲਿਆ ਕਰੋ ਠੀਕ ਆ ਕਿਉਂਕਿ ਓਨਰ ਕੋ ਮਾਲਕ ਚਾਹੇ ਵਪਾਰ ਦਾ ਕੰਮ ਵਾਰ ਵਾਰ ਸਾਰੇ ਵੀਰਾਂ ਨੂੰ ਕਹਿ ਰਿਹਾ ਵੀ ਇੱਥੇ ਆਣ ਕੇ ਤਸੱਲੀ ਕਰੋ ਤੇ ਤਸੱਲੀ ਜ਼ਰੂਰ ਕਰਨੀ ਬਣਦੀ ਆ ਠੀਕ ਆ ਤੇ ਚੰਗੀ ਆ ਬੈਣ 20 ਕਿਲੋ ਦੁੱਧ ਹਾਜ਼ਰ ਆ ਤੇ ਕੋਮਲੇ ਕਿੰਨੇ ਦੀ ਅੱਜ ਸੰਧੂ ਸਾਹਿਬ ਮੁੱਲੇ ਦਾ ਜਿੱਦਾਂ ਇਹਦੇ ਦੁੱਧ ਆ 20 ਕਿਲੋ ਮੁੱਲ ਤੇ ਪਾਉਂ 70 ਕਰ ਰਹੀ ਤਾਂ ਨਹੀਂ ਜਾਣੀ ਆ ਤੇ 60 ਦੀ ਦੇ ਦਾਂਗੇ 60 ਦੀ ਹੋਰ ਕਰ ਦਈਏ ਨਹੀਂ ਕਸਰਾਂ ਕੱਢ ਕੇ ਦਈਏ ਫਿਰ ਕੋਈ 60 ਦੀ ਦੇ ਦਾਂਗੇ ਤੇ ਹੋਰ ਕਰ ਦਈਏ ਪਾਉਣ ਦੇ ਫਿਰ ਥੱਲੇ ਆਉਣਾ 3000 ਹੋਰ ਗਿਆ 57 ਦੀ ਦੇ ਦਾਂਗੇ ਬੂੰਦੀਆਂ ਰੇਡ ਰੂਡ ਵਾਲੇ ਪਾਸ 57 ਦੀ ਦੇ ਦਾਂਗੇ 57000 ਦੀ ਹਾਂਜੀ ਲਓ ਜੀ 57000 ਦੀ ਮਿਲ ਜੂਗੀ ਠੀਕ ਆ ਤੇ 20 ਕਿਲੋ ਮੇਰਾ ਵੀਰੋ ਜਿਹੜਾ ਵੀਰਾਂ ਨੂੰ ਚਵਾ ਦੇਣਾ ਉਹ ਦੁੱਧ ਦੀ ਗੱਲਬਾਤ ਹੁੰਦੀ ਪਈ ਆ 20 ਕਿਲੋ ਚੋ ਕੇ ਤਸੱਲੀ ਤੁਸੀਂ ਕਰਨੀ ਆ ਤੇ 57000 ਦੀ ਕੋਮਲਾਂ ਦਾ ਵੀ ਲਾਸਟ ਤੋਂ ਲਾਸਟ ਜਿਹੜੀ ਆ ਕੋਈ 65 ਨਹੀਂ ਕੋਈ 60 ਨਹੀਂ ਕੋਈ 62 ਨਹੀਂ ਤੇ 57000 ਦੀ ਇਹ ਤੁਹਾਨੂੰ ਮਿਲ ਜੂਗੀ ਜੇ ਕਿੰਨੂ ਸੰਧੂ ਸਾਹਿਬ ਵੇਖਦੀ ਆ ਪਰ ਆਪਾਂ ਜਾਇਜ਼ ਲਈ ਆਪਾਂ ਜਾਇਜ਼ ਹੀ ਦੇ ਦੇਣੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਆ ਜੀ ਬੱਚਾ ਵਿਖਾ ਦੇਣਾ ਫਿਰ ਮਣ ਜਾਏਗਾ ਹਾਂ ਲਓ ਜੀ ਅੱਜ ਕੋਮਲ ਜਿੰਦੀਆਂ ਬੈਠਾ ਸਾਰੀਆਂ ਮਗਰ ਬੱਚੇ ਆ ਗਏ ਹਾਂਜੀ ਸੰਧੂ ਸਾਹਿਬ ਬੱਚੇ ਹੀ ਆ ਜੀ ਲਓ ਜੀ ਮੁੰਡੇ ਹੀ ਆ ਸੰਧੂ ਸਾਹਿਬ ਸਾਰੀਆਂ ਵਿੱਚ ਠੀਕ ਆ ਜੀ ਠੀਕ ਆ ਲਓ ਜੀ ਆਹ ਬੱਚਾ ਜੀ ਜਿਹੜੀ 20 ਕਿਲੋ ਵਾਲੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਈ ਆ ਸਾਈਕਲ ਦਾ ਉਹਦੇ ਮਗਰ ਆ ਬੱਚਾ ਬੱਚਾ ਇੱਕ ਐਂਡ ਦੇ ਵਿੱਚ ਇੱਕ ਆਪਣੇ ਕੋਲ ਮਾਝਾ ਕੋਮਲ ਆ ਗਈ ਹੈ ਸੰਧੂ ਸਾਹਿਬ ਮਾਝਾ ਤੇ ਸੂਆ ਕੋਈ ਕਹਿੰਦੇ ਤੀਜਾ ਹਾਂ ਕੋਈ ਕਹਿੰਦੇ ਚੌਥਾ ਅੱਛਾ ਤੇ ਦੁੱਧ 8 ਹੋ ਜੇ 9 ਹੋ ਜੇ ਠੀਕ ਆ ਜੀ 8-9 ਕਿਲੋ ਦੁੱਧ ਦੇ ਸਲ ਤਿਆਰ 8 ਕਿਲੋ ਹੀ ਮੰਨੇ ਯਾਰ ਲਓ ਜੀ 8 ਕਿਲੋ ਮੰਨ ਕੇ ਕੋਈ ਸੌਦਾ ਹਾਂ 8 ਕਿਲੋ ਮੰਨ ਕੇ ਸੌਦਾ ਕਰੇ ਤਿੰਨ ਕਿੰਨੇ ਹੋ ਗਏ ਸੂਈ ਨੂੰ ਤਿੰਨ ਸੰਧੂ ਸਾਹਿਬ 12-13 ਹੋ ਗਏ ਇਹਨੂੰ ਵੀ 12-13 ਦਿਨਾਂ ਦੀ ਤੇ ਇਹਦੇ ਮਗਰ ਕੱਟੀ ਆ ਕੱਟੀ ਆ ਗਈ ਹਾਂਜੀ ਇਹਦੇ ਮਗਰ ਕੱਟੀ ਆ ਗਈ ਠੀਕ ਹੈ ਜੀ ਹਾਂਜੀ ਲੋਟ ਮੱਝ ਮਗਰ ਕੱਟੀ ਆ ਠੀਕ ਹੈ ਹਾਂਜੀ ਤੇ 8 ਕਿਲੋ ਦੁੱਧ ਕੋਈ 12 ਦਿਨਾਂ ਦੀ ਕੋਈ 13 ਕਿ ਦਿਨਾਂ ਦਾ ਇੱਥੇ ਕਿਸ 15 ਦਿਨਾਂ ਦੇ ਵਿੱਚ ਹੀ ਆ ਇੱਥੇ ਕੀ ਹੈਗੀ ਹੈ ਜੀ ਠੀਕ ਆ ਜੀ ਹਾਂਜੀ ਚਵਾਈ ਚੂਈ ਬਾਕੀ ਇੱਕ ਨੰਬਰ ਆਇਆ ਪੂਰੀ ਠੀਕ ਆ ਹਾਂਜੀ ਸੂਆ ਤੀਜਾ ਦੱਸਤਾ ਸੂਆ ਸੰਧੂ ਦਾ ਤੀਜਾ ਠੀਕ ਆ ਲਓ ਜੀ ਸੂਬਾ ਚਵਾਈ ਕਰ ਲਈ ਸੀ ਕੋਮਲ ਸੰਧੂ ਸਾਹਿਬ ਚੋਈਆਂ ਸੂਬਾ ਜਿਹੜੀ ਕਿਸਾਨ ਵੀਰੋ ਚਵਾਈ ਹੋ ਚੁੱਕੀ ਆ ਠੀਕ ਆ ਹੁਣ ਤਕਰੀਬਨ 12:30 ਵਜੇ ਤਾਂ ਬਿਲਕੁਲ ਸਮਾਂ ਹੈ ਦੁਪਹਿਰ ਦਾ 8 ਕਿਲੋ ਦੁੱਧ ਮਗਰ ਤੇ ਕੱਟੀ ਆ ਠੀਕ ਆ ਜੀ ਤੇ ਬਾਕੀ ਮੱਝ ਤੁਸੀਂ ਪੂਰਾ ਬਾਡੀ ਬੰਦਰ ਪੂਰਾ ਸਟਰਕਚਰ ਇਹਦਾ ਦੇਖ ਲਓ ਚੌੜਾ ਪਿੱਠ ਪੂੜਾ ਸਿੰਗਲ ਹੱਡੀ ਦੇ ਵਿੱਚ ਆ ਤੇ ਚੋਣ ਜਾਣ ਦੀ ਕੋਮਲ ਹੈ ਖਰੀ ਹੈ ਬਿਲਕੁਲ ਸੰਧੂ ਸਾਹਿਬ ਇੱਕ ਨੰਬਰ ਲੱਗੀ ਚਵਾਈ ਐ ਪੂਰੀ ਅੱਛਾ ਜੀ ਬਾਕੀ ਚਵਾ ਪਸਮਾ ਇੱਕੇ ਟਾਈਮ ਸੁੱਟ ਐ ਸੰਧੂ ਸਾਹਿਬ ਕੋਈ ਡੋਕਾ ਨਹੀਂ ਪਾਉਂਦੀ ਕੋਈ ਲੈਣਾ ਨਹੀਂ ਕਿ ਦੇਣਾ ਜੇ ਮੈਂ ਡੋਕਾ ਪਾਉਂਦੀ ਉਹ ਤਾਂ ਫ੍ਰੀ ਦੇ ਦਾਂਗੇ ਬਾਕੀ ਧਾਰਾਂ ਦੀ ਅਗਲੇ ਪਿਛਲੇ ਥਣਾਂ ਦੀ ਬਰਾਬਰ ਐ ਬਰਾਬਰ ਪੂਰੀ ਠੀਕ ਆ ਆਹ ਕੱਟੀ ਦੇ ਮੈਂ ਲਓ ਜੀ ਆਹ ਮਗਰ ਕੱਟੀ ਆ ਆ ਦੇਖੋ 17 ਇੱਕ ਮਿੰਟ ਰੋਕ ਲਈ ਇੱਕ ਵਾਰੀ ਹੋਰ ਵੀਰੇ ਤੋੜ ਕੇ ਦਿਖਾਉਣੇ ਇਹਨੂੰ ਮਾੜਾ ਜਿਹਾ ਲੰਬਾ ਆ ਲਓ ਜੀ ਆਹ ਮਗਰ ਕੱਟੀ ਆ ਠੀਕ ਆ ਆ ਦੇਖੋ ਠੀਕ ਆ ਹਾਂ ਸਤਨਾਮ ਤੋਰ ਲਾ ਬਈ ਲੰਮਾ ਤੋਰ ਨਹੀਂ ਤਰਾਂ ਬਾਕੀ ਥੋੜੀ ਜਿਹੀ ਸਾਈਡ ਦੀ ਹੈਗੀ ਬਾਕੀ ਧਾਰਾ ਧੁਰਾਂ ਦੀ ਐ ਸੰਧੂ ਸਾਹਿਬ ਇੱਕ ਨੰਬਰ ਚਵਾਈ ਲੱਗੀ ਕੋਈ ਠੰਡ ਵੱਧ ਘੱਟ ਹੋਵੇ ਤੇ ਆਪਾਂ ਜਿੰਨਾ ਅਗਲਾ ਸਾਈ ਪਾ ਕੇ ਉਹਨੂੰ ਡਬਲ ਦੇਵਾਂਗੇ ਲਓ ਵੀ ਦੋਸਤੋ ਠੀਕ ਆ ਜੀ ਇਸ ਤੋਂ ਵੱਡੀ ਕਿਸਾਨ ਵੀਰੋ ਕੋਈ ਗਾਰੰਟੀ ਨਾ ਤਾਂ ਦੇ ਸਕਦੇ ਤੇ ਨਾ ਹੀ ਆਪਾਂ ਲੈ ਸਕਦੇ ਆ ਕਿਸੇ ਰਕਮ ਦਾ ਵੀ ਕੋਈ ਵੀਰਾਂ ਦਾ ਵੀ ਧਾਰਾਂ ਦੀ ਵੱਧ ਘੱਟ ਹੋਵੇ ਅਗਲੇ ਪਿਛਲੇ ਥਣ ਦੇ ਵਿੱਚ ਤੇ ਆਪਾਂ ਕਿਰਾਇਆ ਭਾੜਾ ਦੇਣ ਜੋਗਾ ਠੀਕ ਆ ਤੇ ਬਾਕੀ ਮੱਝ ਤੁਸੀਂ ਪ੍ਰੋਪਰ ਦੇਖ ਹੀ ਲਈ ਆ ਠੀਕ ਆ ਜੀ ਸੋ 8 ਕਿ ਕਿਲੋ ਆ ਕੋਈ 9 ਨਹੀਂ ਕੋਈ 10 ਨਹੀਂ ਆ ਜਿਹੜਾ ਨੈਟ ਕਿਸੇ ਨੂੰ ਚਵਾਉਣਾ ਵੀਰ ਨੂੰ ਉਹ 8 ਕਿਲੋ ਦੁੱਧ ਆ ਇਸ ਮੈਂ ਦੇ ਥੱਲੇ ਠੀਕ ਆ ਜਿਹੜਾ ਕਿਸੇ ਚੋ ਲੈਣਾ ਤੇ ਇਹਦਾ ਮੁੱਲ ਕੋਮਲ ਕੀ ਰਹੂਗਾ ਸੰਧੂ ਸਾਹਿਬ ਮੁੱਲ ਇਹਦਾ 55000 ਆ 55 ਦੇ 3000 ਛੱਡ ਦਾਂਗੇ 55 ਦੀ ਦੇਣੀ 55 ਦੀ ਹੋਰ ਕਰ ਦਈਏ ਕਰ ਦੋ ਵੀਰ ਜਦੋਂ ਹੋਰ ਕਹਿ ਦਿੰਦੇ ਤੇ ਮੇਰਾ ਇਰਾਦਾ ਹੁੰਦਾ ਵੀ ਹੋਰ ਦੇਣਾ ਵੀ ਹੋਰ ਛੱਡ ਦਾਂਗੇ ਪੂਰੇ 50 ਦੀ ਦੇ ਦਾਂਗੇ 50 ਦੀ ਹਾਂਜੀ ਕੋਈ ਗੱਲ ਨਹੀਂ ਮੌਕੇ ਮਾਰਦਾਨ ਕਰ ਦਾਂਗੇ ਗੱਲ ਠੀਕ ਆ ਜੀ ਚੱਲ ਜਾ ਹੋਰ ਛੱਡ ਦਾਂਗੇ 50 ਦੀ ਲਓ ਜੀ 50 ਦੇ ਵਿੱਚੋਂ ਵੀ 1000 ਦਾ ਤਾਂ ਠੀਕ ਆ ਜੀ 49000 ਦੀ ਇਹ ਮੱਝ ਮਿਲ ਜੂਗੀ ਤੇ 8 ਕਿਲੋ ਦੁੱਧ ਦਾ ਠੀਕ ਆ ਜੀ ਸੋ ਬੱਚਾ ਤੁਹਾਨੂੰ ਦਿਖਾਈ ਦਿੱਤਾ ਮਗਰ ਕੱਟੀ ਆ ਤੇ ਬਿਲਕੁਲ ਸੁਬਾ ਤੁਸੀਂ ਸਾਰੇ ਵੀਰਾਂ ਨੇ ਜੱਜਮੈਂਟ ਲਾ ਹੀ ਲੈਣੀ ਆ ਠੀਕ ਆ ਜੀ ਕੋਈ ਓਲੇ ਵਾਲੀ ਗੱਲ ਨਹੀਂ ਗੀ ਸੋ ਬੱਚੇ ਨੂੰ ਵੇਖ ਕੇ ਨਾਰਮਲੀ ਸਾਰੇ ਵੀਰ ਜੱਜਮੈਂਟ ਕਰ ਹੀ ਲੈਂਦੇ ਆ ਸੋ 15 ਕੁ ਦਿਨਾਂ ਦੇ ਆਣ ਬਣ ਜਿਹੜਾ ਦੋਸਤੋ ਸੁਬਾ ਅਗਲੇ ਪਿਛਲੇ ਥਣਾ ਦਾ ਤੁਸੀਂ ਸਹਿਜ ਵੇਖ ਲਓ ਗਰਲ ਬੁਰਲ ਜਿਹੜੀ ਆ ਚੱਗੀ ਆ ਠੀਕ ਆ ਸੋ ਬਾਕੀ ਡਿਟੇਲ ਆ ਬਾਕੀ ਜਿਹੜਾ ਦੋਸਤੋ ਤਸੱਲੀ ਆ ਬਾਕੀ ਸ਼ਾਇਦ ਹੀ ਤੁਹਾਨੂੰ ਦੇ ਦਿੱਤੀ ਆ ਕਿਸੇ ਵੀ ਪਾਸੇ ਖੁੰਝੀ ਨਹੀਂ ਗੀ ਨਾ ਚਵਾਈ ਵਾਲੇ ਪਾਸੇ ਧਾਰਾਂ ਦੀ ਵਾਧ ਘਾਟ ਆ ਤੇ ਨਾ ਹੀ ਤੋਂ ਦੇ ਵਿੱਚ ਫਰਕ ਆ ਠੀਕ ਆ ਇਹ ਅੱਜ ਪੁੱਛਣਾ ਸੀ ਕਿ ਜਿਹੜੇ ਆਪਾਂ ਦੋਸਤੋ ਤੁਹਾਨੂੰ ਦਿਖਾਉਣੇ
ਭਾਈ ਕੋਮਲ ਹੋਣਾ ਦੇ ਘਰੋਂ ਪਿੰਡ ਸ਼ਕਰੀ ਕੋਮਲ ਵੀਰੇ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ ਹੈਗਾ 7311761922 ਪਿੰਡ ਸ਼ਕਰੀ ਜ਼ਿਲ੍ਹਾ ਤਰਨਤਾਰਨ ਸਰਹਿੰਦ ਤੋਂ 2.5 ਕਿਲੋਮੀਟਰ ਹੈ ਜੀ ਹਾਂਜੀ ਤੇ ਜਿਹੜੇ ਭੈਣ ਭਰਾ ਨੇ ਮਿਲ ਲੈਣਾ ਆਪਣੀਆਂ ਤਸੱਲੀ ਕਰਕੇ ਖੜੇ ਬਾਅਦ ਚ ਲਾਮਾ ਕੋਈ ਨੀ ਗੇਟੋਂ ਬਾਹਰ ਹੋ ਕੇ ਗਰੰਟੀ 1 ਰੁਪਏ ਦੀ ਨਹੀਂ ਹੋਊਗੀ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਵੀ ਕਿਸਾਨ ਵੀਰੋ ਇਹ ਤਸੱਲੀ ਹੈ ਗਰੰਟੀ ਬਾਕੀ ਇੱਥੇ ਆਣ ਕੇ ਤਸੱਲੀ ਕਰੋ ਠੀਕ ਹੈ ਜੀ ਕੋਈ ਵੀਰ ਦੋ ਟਾਈਮ ਕਰ ਲੈ ਤਿੰਨ ਟਾਈਮ ਕਰ ਲੈ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਹੁੰਦੀ ਕਿਸੇ ਨੂੰ ਕਿੰਤੂ ਪਰੰਤੂ ਕਹਿਣਾ ਲਾਮਾ ਦੇਣਾ ਲੈਣਾ ਮਾੜੀ ਗੱਲ ਪਹਿਲਾਂ ਤਸੱਲੀ ਜ਼ਰੂਰ ਕੀਤੀ ਜਾਵੇ ਠੀਕ ਆ ਇਹ ਅੱਜ ਨਾਗ ਸੀਗੇ ਟੋਟਲ 5 ਸਾਰੇ ਸੋਏ ਸੁਭਾਏ ਆ ਰੇਟ ਪੜਤਾ ਬਿਲਕੁਲ ਵੈਸੇ ਪਹਿਲਾਂ ਵੀ ਜਾਇਜ਼ ਜੈਨੂਨ ਨਹੀਂ ਹੁੰਦਾ ਠੀਕ ਆ ਜੀ ਇਸ ਫਾਰਮ ਤੋਂ ਇਸ ਕਿੱਲੇ ਤੋਂ ਜਿੰਨੇ ਪਸ਼ੂ ਤੁਹਾਨੂੰ ਦਿਖਾਈ ਦੇ ਆ ਮਿਲਦਾ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।